ਓ ਬੇਲੇ ਰੱਖੇ ਹੋ ਹਾਂ ਹਲੋ ਖਾਣ ਦੇ ਲੱਕ ਬਣ ਰਹਾ ਅਸੀਂ ਕਣਕ ਰਹਿ ਗਈ ਆਪਣੇ ਲਵੇਦ ਕੀ ਹੱਤਾ ਪਿਛਲੀ ਵਾਰੀ 25 ਗੱਟੇ ਕੱਟੇ ਵੱਜ ਗਏ ਤੇ ਬਾਪੂ ਮੈਂ ਦੱਸ ਅਸਲੀ ਜੜ ਕੀ ਹੈ ਸਾਡੇ ਤੇ ਸਾਰੀ ਮੋਟੀ ਭਾਬੀ ਖਾ ਗਈ ਮੋਟੀ ਭਾਬੀ ਹੋ ਗਈ ਗਲੀ ਹੋਈ ਆ ਹੁੰਦਾ ਪਹਿਲਾਂ ਖਾ ਗਈ ਤੂੰ ਹੀ ਕਰਦਾ ਹੈ ਮੈਂ ਇੱਥੇ ਦੇ ਸਵਾਲ ਕਰਦਾ ਤਰ ਮੈਨੂੰ ਐਸਾ ਇਤ ਕੀ ਕਣਕ ਰੇਟ ਕਹਿੰਦੇ 1840 ਆ ਉਹ ਹਾਂ ਇਤ ਕੀ 1840 ਹੈਗਾ ਕਿੰਨਾ ਵਧ ਗਿਆ 105 ਰੁਪਏ ਵਧਿਆ ਤਰ ਮੈਨੂੰ ਐਸਾ ਲਾ ਹਿਸਾਬ ਲਾ ਦੱਸ ਇਹ ਕੀ ਲਿਓ 50 ਮਣ ਨਿਕਲਦੀ ਹੈਗੀ ਕਿੰਨੇ ਪੈਸੇ ਦੀ ਬਣੂਗੀ ਬਾਪੂ ਹਾਂ ਮੈਂ ਕੰਪਿਊਟਰ ਥੋੜੀ ਨਾ ਤੂੰ ਮੈਨਾਂ ਦਾ ਮੈਨੂੰ ਵੀ ਨਹੀਂ ਪਤਾ ਲੈ ਆਪ ਪੜਦਾ ਉਸੇ ਨੂੰ ਉਹ ਬਚਾ ਮੇਰੀ ਗੱਲ ਸੁਣਾ ਇਹ ਲੰਡਰ ਇਹਨੂੰ ਇਹਨੂੰ ਐਂ ਕਰ ਛੁੱਟੀਆਂ ਦਵਾ ਕਣਕ ਦਾ ਜੀਲਾ ਕਰਦੇ ਆਪਾਂ ਹੱਥੀ ਵੱਡਾ ਯਾਰ ਹੁਣ ਐ ਮਨ ਮੁਰਦਾ ਨਹੀਂ ਪਤਾ ਲੱਗਦਾ ਹੈਗਾ ਹੁਣ ਕੀ ਐ ਵਿਚਾਰੇ ਨੂੰ ਕਿਉਂ ਗੱਲ ਤੈਨੂੰ ਪਤਾ ਚੱਲ ਤੂੰ ਦੱਸ ਫਿਰ ਮੈਨੂੰ ਤਾਂ ਆਪ ਨਹੀਂ ਪਤਾ ਹੈਗਾ ਕਿੰਨੇ ਪੜਿਆ ਨੂੰ ਮੈਂ ਬੀਟੈਕ ਕਰਦਾ ਸਭ ਖੂਚ ਨੇ ਓ ਯਾਰ ਐ ਯਾਰ ਹੁਣ ਮਣਾ ਮੁਣਾ ਦਾ ਨਹੀਂ ਸਾਬ ਬਣਦਾ ਮੈਂ ਉਂਗਲਾਂ ਲਾਣਾ ਉਂਗਲਾਂ ਦੇ ਬੰਦਾ ਮਿਲਿਆ ਨੀ ਕੋਈ ਹੁਣ ਓਹਨੂੰ ਪੁੱਛੇ ਭਲਾ ਯਾਰ ਇੱਕ ਬੰਦਾ ਦੀ ਆਪਣੇ ਨਾਲ ਕੰਮ ਆ ਓਹੀ ਬੰਦਾ ਓਹਨੇ ਉਹ ਕਰਤਾ ਬਾਪੂ ਕੁੱਟੂ ਮਿਲੇ ਹੁਣ ਦੱਸ ਨਾਲੇ ਕਹਿੰਦਾ ਕਹਿੰਦਾ ਮੈਂ ਹੱਥੀ ਵੱਢੂ ਕਣਕ ਕਹਿੰਦਾ ਐਤਕੀ ਉਹ ਫੇਰ ਪੰਗਾ ਪਵਾਊ ਹੋਰ ਚੱਲ ਦੇਖਦੇ ਆਪਾਂ ਚੱਲਦੇ ਆ ਕੌਣ ਆਉਂਦਾ ਵੱਢ ਖਾਣਾ ਨੀ ਆਉਂਦਾ ਓਏ ਓਏ ਆ ਓਏ ਦੇ ਹੱਥ ਆ ਜਾ ਆ ਜਾ ਓ ਬਾਈ ਓਏ ਰੋਕ ਲਾ ਬਾਈ ਓਏ ਵੱਢ ਖਾਣੇ ਬਾਈ ਓਏ ਰੋਕ ਲਾ ਬਾਈ ਓਏ ਰੋਕ ਲਾ ਬਾਈ ਓਏ ਓ ਦੇਖੀ ਬੱਚਾ ਨਹੀਂ ਲੱਦਦੇ ਬੰਦ ਕਰ ਲੈ ਨੂੰ ਜਿੰਨੇ ਪੈਸੇ ਕਹੇਗਾ ਮੇਰੀ ਇੱਕ ਥਲਤਾ ਫਿਰ ਹਾਂ ਕੀ ਸਰਤਾ ਜਿਹੜੀ ਤੁਹਾਡੀ ਤੋਥੀ ਹੋਊ ਫਿਰ ਨਾ ਮੇਰੀ ਫੁੱਲਾਂ ਵਾਲੀ ਨਾਲ ਉੱਥੇ ਬੈਠੂਗੀ ਕਿਹੜੀ ਕੋਠੀ ਚ ਤੁਹਾਡੀ ਤੋਥੀ ਚ ਕਿਉਂ ਤੋੜਨੇ ਇਹ ਹੁਣ ਲਵਾਏ ਨੇ ਉਹ ਬਾਪੂ ਅਸੀਂ ਪਤਾ ਕਰਿਆ ਇਹ ਜਾਇਆ ਏ ਹੋਰ ਕੀ ਬਣੇ ਪਰ ਗੇਟ ਕੋ ਬੰਨੇ ਉਹ ਬੰਦ ਖਾਣਾ ਬਣਾਇਆ ਮਸਾ ਕਹਿੰਦਾ ਮੇਰੀ ਬਹੂ ਦੇ ਰੰਗ ਲਾ ਦੇ ਕਹਿੰਦਾ ਕਹਿੰਦਾ ਤੁਹਾਡੇ ਬੁੜੇ ਨੇ ਉਹਨਾਂ ਛੇੜੀ ਕੋਈ ਆਉਂਦਾ ਹੁਣ ਉਹ ਕਿਹੜਾ ਗੁਰੂ ਕਮੰਦੜਾ ਆਉਂਦਾ ਯਾਰ ਬਸ ਆ ਰਿਹਾ ਆਪਣੇ ਪਿੱਛੇ ਪਿੱਛੇ ਆਉਂਦਾ ਮੈਂ ਮੇਰੀ ਬਹੂ ਦੇ ਰੰਗ ਲਾ ਦੇ ਰੰਗ ਤਾਂ ਲਾਦਾ ਪਰ ਕਮਾਈ ਉਹ ਆ ਗਿਆ ਕੱਖ ਵੜਦਾ ਦੀ ਆਪਣੇ ਉਹ ਆ ਗਿਆ ਇਹਦੇ ਨਾਲ ਉਹਨੂੰ ਲਈ ਜਾਂਦਾ ਬਹੂ ਨੂੰ ਆਪਦੀ ਨੂੰ ਉਹ ਕੋਈ ਨਾ ਸਾਫ ਸਫਾਈ ਵਾਸਤੇ ਬੁਲਾਈ ਆ ਗਿਆ ਆਪਾਂ ਅੱਗੇ ਵੀ ਆਪਾਂ ਆ ਵੀ ਕਰਦੇ ਆ ਹੁਣ ਕਰ ਲਿਆ ਕਰਾਂਗੇ ਆ ਦੇ ਦੇ ਤੂੰ ਕੋਈ ਨਾ ਤੂੰ ਐਵੇਂ ਫਿਰ ਇਹ ਕਹਿੰਦਾ ਮੈਂ ਤਰਾਏ ਕਰਦਾ ਮੈਂ ਕਹਿੰਦਾ ਕੱਲੀ ਨੂੰ ਨਹੀਂ ਛੱਡਦਾ ਚੱਲ ਚੱਲ ਆਪੂ ਨੇ ਨਾਲ ਚੱਕ ਲੈਣਾ ਮੈਂ ਆਇਆ ਆਈ ਨੂੰ ਲੱਗ ਜਾ ਜਵਾਬ ਹੀ ਹਾਂ ਇਹ ਵੀ ਚੱਲੂਗਾ ਦਾਤੀਆਂ ਚੱਕ ਲੈ ਲੈ ਬੱਡੇ ਨੇ ਆ ਲੇਡੀ ਸਾਈਕਲ ਅੰਦਰ ਲਾ ਲਈ ਹੁਣ ਤਾਂ ਇਹ ਤਾਂ ਮੈਂ ਲੈ ਕੇ ਜਾਉਂ ਅੱਛਾ ਤੂੰ ਲੈ ਕੇ ਜਾਵੇਂਗਾ ਹੋਰ ਮੈਨੂੰ ਮੈਂ ਥੰਦੀ ਥੁੰਦੀ ਲਾ ਲਾ ਲਈ ਭਾਈ ਚਾ ਬੱਡੇ ਖਾਣੇ
ਬਾਪੂ ਜਾ ਤੂੰ ਤੂੰ ਵੀ ਖਾਏਗਾ ਹੱਥ ਕਰਦੇ ਹੁੰਦੇ ਨੇ ਵਿਸਾਖੀ ਅੱਜ ਤੂੰ ਹੋਰ ਲੈਣਾ ਰੋਟੀ ਲਿਆ ਵਾਸਤੇ ਤੂੰ ਬੋਲੋ ਇੱਥੇ ਪੂਰੀ ਜਾਣਿਆ ਨਹੀਂ ਤਾਂ ਫਿਰ ਤਾਂ ਜੂਸ ਤਾਂ ਪਿਆ ਗਿਆ ਗੰਨੇ ਦਾ ਟਾਈਮ ਕੀ ਹੋ ਗਿਆ
ਦੇਖੀ ਅੱਗੇ ਮਾੜਾ ਜਿਹਾ ਟਾਈਮ ਬਾਈ ਟਾਈਮ ਤਾਂ 2:30 ਵੱਜ ਗਏ ਬਾਈ 2:30 ਵੱਜ ਗਏ ਚਾਹ ਪਾਣੀ ਵੀ ਨਹੀਂ ਆਇਆ ਯਾਰ ਓਏ ਮੇਰੀ ਗੱਲ ਸੁਣਾ ਜਿਆਦਾ ਪੱਪਰਾ ਵੀ ਉਹ ਤਾਂ ਬੈਠਾ ਉੱਥੇ ਪੀ ਲਾਂਗੇ ਤੇ ਤੇਰੇ ਵਾਲੀ ਸੰਨੀ ਕਰ ਦੂੰ ਥੰਨੀ ਥੁੰਨੀ ਨਹੀਂ ਦਾਦੀ ਮੇਰੇ ਵਾਲੀ ਕਿਉਂ ਯਾਰ ਉਹ ਤਾਂ ਮੈਂ ਫੁੱਲਾਂ ਵਾਂਗੂ ਲੱਖੀ ਆ ਉਹਨੂੰ ਕੰਮ ਕੁੰਮ ਲਾਇਆ ਕਰਾਂ ਉਹ ਯਾਰ ਫਿਰ ਮੇਰੀ ਗੱਲ ਸੁਣ ਮੈਂ ਕਾਹਦੇ ਵਾਸਤੇ ਮੈਂ ਲਾਉਂ ਉਹ ਡੰਗਰ ਭੁੱਖੇ ਖੜੇ ਨੇ ਕਰੇ ਜਾ ਕੇ ਤੂੰ ਜਾ ਸੰਨੀ ਕਰਕੇ ਆ ਸੰਨੀ ਆਲ ਤੁਤੀ ਦਸਤੀ ਫੜੋ ਆਪਦੀ ਮੈਂ ਸੰਨੀ ਦਸਤੀ ਫੜ ਲੈਣੇ ਨਾਲੇ ਆਪਾਂ ਹੋ ਕਰਾਂ ਕੁਆ ਕਰੀ ਚਾਹ ਪਾਣੀ ਆਉਦਾ ਘਰੀ ਪੀ ਕੇ ਆਈ ਹੁਣ ਬਸ ਸੀ ਤਾਂ ਮੈਂ ਉਸੇ ਲਈ ਪੀ ਆਈ ਹਾਂ ਅਸੀਂ ਉਰੇ ਬਹਿ ਕੇ ਪੀ ਲਾਂ ਚਲ ਆਪਾਂ ਪੀ ਲੈ ਚਾਹ ਉੱਥੇ ਪੀਨੇ ਚੱਲਦੇ ਦੋਲੋ ਦੋਲੋ ਹੋਰ ਕੁਛ ਖਾਣਾ ਕੋਲ ਦੱਸ ਦੇ ਮੈਨੂੰ ਹੋਰ ਜਾਣ ਦੀ ਲੱਗ ਗਿਆ ਤੇਰੇ ਦੋ ਕਛਿੱਤਰ ਪੈਣਗੇ ਮੇਰੇ ਨਾਉ ਨਾ ਲੈ ਜਾਂਗਾ ਮੈਂ ਚੱਲਦਾ ਮੇਲੇ ਥੱਲੇ ਦੀ ਮੈਂ ਉੱਥੇ ਭਾਲਦਾ ਫਿਰਦਾ ਤੈਨੂੰ ਭੱਜ ਗੱਲ ਹੈ ਮੈਨੂੰ ਦੇਖ ਕੇ ਖਾਦਾ ਹੁਣ ਕੋਈ ਨੀ ਦੀ ਤੇਰੀ ਲੱਛਣ ਮਾੜੇ ਨੇ ਇਹ ਚੱਲ ਤੈਨੂੰ ਘਲੇ ਜਾ ਕੇ ਦਿਖਾਉਣਾ ਮੈਂ ਵਿਸਾਖੀ ਦਾ ਮੇਲਾ
ਮੈਨੂੰ ਲੱਗਦਾ ਤੇਲ ਮੁਕਤ ਦਿਆ ਬੈਠੀ ਲੈ ਤੂੰ ਲੈਦਾ ਜਦੀ ਦਹਾਲੀ ਖਿਲਾਫ ਕਲਾ ਦੀ ਤੈ ਲੈ ਸਬੂਤਰ ਦਾ ਤੇਲ ਮਤਾ ਤਾ ਸਾਰਾ ਲੈ ਮੇਰੇ ਦੱਤਾਂ ਤੋਂ ਕੁੱਤ ਪਵਾਤੀ ਲੈ ਮੋਤੀਆਂ ਆਪ ਥਾਦੀਆਂ ਦੱਤ ਕੋਈ ਫਾਇਦਾ ਹੋਇਆ ਜੇ ਤੂੰ ਥੋਣੀ ਨਾ ਹੁੰਦੀ ਹੁਣ ਨੂੰ ਮੈਂ ਤੈਨੂੰ ਥੱਦ ਦੇਂਦਾ ਤੈਨੂੰ ਥੋਣੀ ਤੜਤੀ ਲੱਖੀ ਬੈਠਾ ਹੁਣ ਤਲ ਘਲੇਂਦਾ ਲਿਜਾਣੀ ਬਹੁ ਤੈਨੂੰ ਕਿਸੇ ਹਾਲਤ